कल एक एडवोकेट लेडी एडवोकेट ने उन्होंने सिटी थाना चाके इतलाह दी सी कि SHO सिटी नू कि मेरे बच्चा जिहड़ा हैगा वो ट्यूशन पढ़न गया सीगा 16 साल का बच्चा सी प्लस वन च पढ़ता सी ते उत्थों वापस नहीं आया ते हुण उन्हां नू थ्रैट ते रैनसम दियां कॉल्स आ रही ने कि उन्हां दा बच्चा किडनैप कर लिया गया। ये बच्चा कोई 5:40 के करीब उत्थों शाम नूं ये वारदात हुई सी। जिहड़े व्यक्ति उन्हों किडनैप लै करके लैके गए उन्होंने ये एलीबी बनाई उत्थे पब्लिकली कि इन्हें साड़ी भैन नूं छेड़िया ते उस तों बाद उहदे स्कूटरी समेत ते जिहड़े वहीकल ते आप आए से उन्हों उत्थों लै गए सी। ते ਉਹ ਇਤਲਾਹ ਆਉਣ 'ਤੇ ਇੱਕ ਟੀਮ ਇੱਥੇ ਅਸੀਂ ਕੋਨਸਟੀਟਿਊਟ ਕੀਤੀ ਸੀ CIA ਦੀ ਸਾਡੇ SPD ਸਾਹਿਬ ਦੀ ਸਰਕਰਦਗੀ 'ਚ DSPD SHO ਸਿਟੀ ਅਤੇ DSP ਸਿਟੀ। ਇਹ ਟੀਮ ਨੇ ਬੜਾ ਵਧੀਆ ਕੰਮ ਕੀਤਾ ਵੱਖਰੇ ਵੱਖਰੇ ਤੌਰ 'ਤੇ ਉਹਨੂੰ ਕਰਦੇ ਹੋਏ ਜੋ ਕਾਰਵਾਈ ਬਣਦੀ ਸੀ ਉਹਦੇ 'ਚ ਟੈਕਨੀਕਲ ਇਨਪੁੱਟਸ ਲੈ ਕੇ ਉਹ ਵਿਅਕਤੀਆਂ ਨੂੰ ਰੈੱਡ ਹੈਂਡਿਡ ਪਕੜਿਆ। ਕੁਛ ਹੀ ਘੰਟਿਆਂ 'ਚ ਰਾਤੋ ਰਾਤ ਅਸੀਂ ਇਹ ਬੰਦੇ ਗ੍ਰਿਫਤਾਰ ਕਰ ਲਏ ਸੀ ਅਤੇ ਉਹ ਬੱਚੇ ਨੂੰ ਵੀ ਸਹੀ ਸਲਾਮਤ ਅਸੀਂ ਬਰਾਮਦ ਕਰ ਲਿਆ। ਔਰ ਇਹਨਾਂ ਕੋਲੋਂ 2 ਵੈਪਨ ਸਾਨੂੰ ਮੌਕੇ ਤੋਂ ਬਰਾਮਦ ਹੋਏ ਨੇ, ਇੱਕ 32 ਬੋਰ ਦਾ ਪਿਸਟਲ ਹੈ ਅਤੇ ਇੱਕ 315 ਬੋਰ ਦਾ ਦੇਸੀ ਪਿਸਤੌਲ। ਸਰ ਕਿੰਨੇ ਪੈਸਿਆਂ ਦੀ ਮੰਗ ਕੀਤੀ ਸੀ ਜੀ ਇਹਨਾਂ ਨੂੰ? ਇਹਨਾਂ ਨੇ 5 ਲੱਖ ਰੁਪਏ ਦੀ ਮੰਗ ਕੀਤੀ ਸੀ ਪਹਿਲਾਂ ਇਹ 20 ਲੱਖ ਵੀ ਇਹਨਾਂ ਨੇ ਕਿਹਾ, ਬਟ ਅਲਟੀਮੇਟਲੀ ਉਹਨਾਂ ਨੂੰ 5 ਲੱਖ 'ਤੇ ਆ ਗਏ ਸੀ। ਸੋ ਉਸ 'ਤੇ ਅਸੀਂ FIR ਦਰਜ ਕਰਕੇ ਇਹ ਵਿਅਕਤੀ ਗ੍ਰਿਫਤਾਰ ਕੀਤੇ ਨੇ। ਇਹਨਾਂ ਨੂੰ ਕੋਰਟ 'ਚ ਪੇਸ਼ ਕਰਾਂਗੇ, ਉੱਥੋਂ ਰਿਮਾਂਡ ਲਵਾਂਗੇ। ਰਿਮਾਂਡ ਲੈ ਕੇ ਫਿਰ ਜੋ ਡਿਟੇਲਡ ਇਹਨਾਂ ਦੀ ਪੁੱਛਗਿੱਛ ਹੈ ਹੋਊਗੀ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ। ਇਹਨਾਂ 'ਚੋਂ ਇੱਕ ਵਿਅਕਤੀ ਜਿਹੜਾ ਕਰਨ ਹੈ ਇਹਦੇ ਖਿਲਾਫ਼ ਮੁੱਢਲੀ ਪੁੱਛਗਿੱਛ 'ਚ ਇਹ ਆਇਆ ਕਿ ਇਹਦੇ ਖਿਲਾਫ਼ ਇੱਕ 307 ਦੀ FIR ਦਰਜ ਹੈ ਇੱਥੇ ਸਿਟੀ ਥਾਣੇ 'ਚ 9ਵੇਂ ਮਹੀਨੇ ਦੀ, ਜਿਹਦੇ 'ਚ ਇਹ ਹਜੇ ਤੱਕ ਗ੍ਰਿਫਤਾਰ ਨਹੀਂ ਹੋਇਆ ਸੀ। ਸਰ ਵੈਪਨ ਜਿਹੜੇ ਲਾਇਸੈਂਸ ਜੀ? ਨਹੀਂ, ਵੈਪਨ ਚੈੱਕ ਕਰਨੇ ਆ ਵੈਸੇ, ਬਟ ਪ੍ਰਾਈਮ ਆਫ ਸਾਈ ਲਾਇਸੈਂਸ ਨਹੀਂ ਲੱਗਦੇ।